ਲੁਧਿਆਣਾ ਪੁਲਿਸ ਨੇ ਗੁਪਤ ਸੂਚਨਾ ਦੇ ਆਧਾਰ ਤੇ ਆਪਣੇ ਆਪ ਨੂੰ ਇੱਕ ਆਨਲਾਈਨ ਚੈਨਲ ਦਾ ਪੱਤਰਕਾਰ ਦੱਸਣ ਵਾਲੇ ਆਰੋਪੀ ਨੂੰ 11 ਗ੍ਰਾਮ ਹੈਰੋਇਨ, 1350 ਨਸ਼ੀਲੀ ਗੋਲੀਆਂ ਅਤੇ 28,600 ਰੁਪਏ ਦੀ ਡਰੱਗ ਮਨੀ ਸਮੇਤ ਕਾਬੂ ਕੀਤਾ ਹੈ। ਪੱਤਰਕਾਰਾਂ ਨੂੰ ਜਾਣਕਾਰੀ ਦਿੰਦਿਆਂ ADCP ਗੁਰਪ੍ਰੀਤ ਸਿੰਘ ਸਿਕੰਦ ਨੇ ਦੱਸਿਆ ਕਿ ਕਾਬੂ ਕੀਤੇ ਆਰੋਪੀ ਦੀ ਨਿਸ਼ਾਨਦੇਹੀ ਤੇ 4 ਹੋਰ ਸਨੈਚਰਾਂ ਨੂੰ ਗ੍ਰਿਫਤਾਰ ਕੀਤਾ ਗਿਆ ਜੋ ਕਿ ਲੁੱਟਾਂ ਖੋਹਾਂ ਕਰਕੇ ਉਹਨਾਂ ਪੈਸਿਆਂ ਨਾਲ ਚਿੱਟਾ ਖਰੀਦ ਕੇ ਨਸ਼ੇ ਦੀ ਪੂਰਤੀ ਕਰਦੇ ਸਨ। ਸਿਕੰਦ ਨੇ ਦੱਸਿਆ ਕਿ ਦੋਸ਼ੀਆਂ ਤੇ ਪਹਿਲਾਂ ਵੀ 2 ਮਾਮਲੇ ਦਰਜ ਹਨ। ਫਿਲਹਾਲ ਪੁਲਿਸ ਨੇ ਦੋਸ਼ੀਆਂ ਖਿਲਾਫ ਮਾਮਲਾ ਦਰਜ ਕਰ ਅਗਲੇਰੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਇਹਨਾਂ ਨੇ ਇੱਕ ਏਰੀਏ ਦਾ ਬਹੁਤ ਵੱਡਾ ਸਮਗਲਰ ਆ ਜਿਹਦਾ ਨਾਮ ਮੁਹੰਮਦ ਇਸਲਾਮ, ਉਹਨੂੰ ਅਰੈਸਟ ਕੀਤਾ। ਉਹਦੇ ਤੋਂ 11 ਗ੍ਰਾਮ ਹੀਰੋਇਨ ਔਰ 1350 ਨਸ਼ੀਲੀਆਂ ਗੋਲੀਆਂ ਪਲੱਸ 28,000 ਰੁਪਇਆ ਜਿਹੜਾ ਡਰੱਗ ਮਨੀ ਸੀ ਉਹ, ਅਤੇ ਆਪਣਾ ਉਹਨੇ ਦੱਸਿਆ ਵੀ ਮੈਂ ਇਹ ਕਿੱਥੋਂ ਲੈ ਕੇ ਆਉਂਦਾ, ਉਹ ਹੈਗਾ ਸੋਨੂੰ ਤਲਵੰਡੀ ਦਾ, ਤਲਵੰਡੀ ਪਿੰਡ ਆ ਜਿਹੜਾ ਇਹ ਸਰੇਮ ਟਾਰ ਵਿੱਚ ਪੈਂਦਾ। ਤਾਂ ACP ਲਖਵੀ ਟਵਾਣਾ ਜੀ ਨੇ ਉੱਥੇ SHO ਨੂੰ ਡਾਇਰੈਕਸ਼ਨ ਦਿੱਤੀ, ਤਾਂ ਉਹਨੇ ਜਦੋਂ ਉੱਥੇ ਰੇਡ ਕੀਤੀ ਤਾਂ ਰਸਤੇ 'ਚ ਹੀ ਮਿਲ ਗਿਆ ਉਹ ਤਲਵੰਡੀ ਜਾਂਦੇ ਨੂੰ, ਔਰ ਉਹ ਪੁਲਿਸ ਪਾਰਟੀ ਨੂੰ ਦੇਖ ਕੇ ਮੋਟਰਸਾਈਕਲ ਸੁੱਟ ਕੇ ਸੋਨੂੰ ਭੱਜ ਗਿਆ। ਮੋਟਰਸਾਈਕਲ ਤੋਂ 8 ਗ੍ਰਾਮ ਹੀਰੋਇਨ ਮਿਲੀ, ਉਹਦਾ ਸਲੇਮ ਟਾਵਰ ਹੀ 8 ਕੇਸ ਰਜਿਸਟਰ ਕਰਤਾ। ਜਦੋਂ ਮਾਧਵੀ ਸ਼ਰਮਾ ਨੇ ਹੋਰ ਜ਼ਿਆਦਾ ਇਹਦੀ ਇੰਟੈਰੋਗੇਸ਼ਨ ਪੁੱਛਗਿੱਛ ਕੀਤੀ ਤਾਂ ਇਹ ਜਿਹੜਾ ਇਸਲਾਮ ਆ ਇਹਨੇ ਦੱਸਿਆ ਵੀ ਮੇਰੇ ਤੋਂ ਬਹੁਤ ਜਾਂਦੇ ਬੰਦੇ ਲੈ ਕੇ, ਦਿਨ 'ਚ ਕਈ ਵਾਰੀ 40-50 ਬੰਦੇ ਲੈ ਜਾਂਦੇ ਨੇ ਛੋਟੀ ਛੋਟੀ ਹੀਰੋਇਨ, ਅਤੇ ਉਹਦੇ 'ਚੋਂ ਜਦੋਂ ਮੇਨ ਜਿਹੜੇ ਬੰਦਿਆਂ ਦੇ ਨਾਂ ਸੀਗੇ ਉਹ ਤੁਹਾਨੂੰ ਦੱਸਦੇ ਨੇ, ਉਹਨਾਂ ਨੂੰ ਰਾਊਂਡ ਅਪ ਕੀਤਾ ਤਾਂ ਉਹਨਾਂ ਕੋਲੋਂ 15 ਮੋਬਾਈਲ ਅਤੇ 2 ਬਾਈਕ ਹੋਰ ਰਿਕਵਰ ਕੀਤਾ। ਨਸ਼ੀਲੀ ਗੋਲੀਆਂ ਦੀ ਜਿਹੜੀ ਕੁਆਂਟਿਟੀ ਹੈ ਜੀ ਉਹ ਕਮਰਸ਼ੀਅਲ ਹੈ, ਜਿਹੜੀ ਨਸ਼ੀਲੀ ਗੋਲੀਆਂ ਦੀ ਕੁਆਂਟਿਟੀ ਕਮਰਸ਼ੀਅਲ ਹੈ? ਹਾਂ, ਉਹ ਜਿਹੜੀ ਆਪਣੇ ਇਸਲਾਮ ਤੋਂ ਰਿਕਵਰ ਹੋਈ ਹੈ ਉਹ ਕਮਰਸ਼ੀਅਲ ਕੁਆਂਟਿਟੀ। ਕਿੰਨੀਆਂ ਗੋਲੀਆਂ ਜੀ? 1350। ਇਹੀ ਕੰਮ ਕਰਦਾ ਹੈ, ਇਹ ਪਹਿਲਾਂ ਅਡਿਕਟ ਹੋ ਗਿਆ ਫਿਰ ਇਹਨੇ ਇਹੀ ਵਿੱਚ ਵਿਚੜਿਆ। ਕੋਈ ਹੋਰ ਵੀ ਕੰਮ ਕਰਦਾ ਇਸ ਤੋਂ ਪਹਿਲਾਂ? ਇਹ 2 ਸਾਲ ਪਹਿਲਾਂ ਪ੍ਰੈਸ ਰਿਪੋਰਟਰ ਕੋਈ ਚੈਨਲ ਸੀਗਾ ਆਨਲਾਈਨ ਚੈਨਲ, ਉਹਦੀ ਰਿਪੋਰਟਿੰਗ ਕਰਦਾ ਹੁਣ ਪਤਾ ਕਰ ਰਿਹਾ ਵੀ ਉਹਦੀ ਆਰਚ ਕਰ ਰਿਹਾ ਸੀਗਾ ਜਾਂ ਕੀ ਕਰਦਾ ਸੀ ਉਹ ਸਾਰਾ ਅਸੀਂ ਚੈੱਕ ਕਰ। ਪਹਿਲਾਂ ਇਹਦੇ 2 ਕੇਸ ਆਲਰੇਡੀ ਰਜਿਸਟਰ ਨੇ, 420 ਦਾ ਇੱਕ ਲੜਾਈ ਚੱਲ।